ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਸਾਂਝਾ ਟੀਵੀ, ਮੈਂ ਪੂਨਮ ਚੌਧਰੀ, ਅਤੇ ਹੁਣ ਮੈਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੀ ਹਾਂ ਪੰਜਾਬੀ ਇੰਡਸਟਰੀ ਦੇ ਸੁਪਰ ਸਟਾਰ, ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਜਿਨ੍ਹਾਂ ਨੇ ਨਾ ਸਿਰਫ ਇੰਡੀਆ ਦੇ ਵਿੱਚ ਬਲਕਿ ਫੋਰਨ ਕੰਟਰੀਜ਼ ਦੇ ਵਿੱਚ ਵੀ ਪੰਜਾਬੀਆਂ ਦਾ ਝੰਡਾ ਲਹਿਰਾਇਆ ਹੈ। ਜੀ ਹਾਂ, ਵਨ ਐਂਡ ਓਨਲੀ ਸੁਪਰ ਸਟਾਰ ਮਲਕੀਤ ਸਿੰਘ ਜੀ, ਜੋ ਕਿ ਇੱਥੇ ਪਹੁੰਚੇ ਹੋਏ ਨੇ ਲਾਈਵ ਪੋਡਕਾਸਟ ਦੇ ਲਾਂਚਿੰਗ ਈਵੈਂਟ 'ਤੇ। ਪੰਜਾਬੀਆਂ ਦਾ ਇੱਕ ਬਹੁਤ ਹੀ ਯੂਨੀਕ ਜਿਹਾ ਜਿਹੜਾ ਕੰਸੈਪਟ ਉਹ ਸਟਾਰਟ ਹੋਣ ਵਾਲਾ ਹੈ ਲਾਈਵ ਪੋਡਕਾਸਟ, ਜਿਸ ਦੇ ਲਈ ਇੱਥੇ ਮਲਕੀਤ ਸਿੰਘ ਜੀ ਸਾਡੇ ਨਾਲ ਪਹੁੰਚੇ ਹੋਏ ਨੇ, ਅਤੇ ਹੁਣ ਮੈਂ ਤੁਹਾਡੇ ਨਾਲ ਮੁਲਾਕਾਤ ਕਰਵਾਉਣੀ ਆ। ਸਤਿ ਸ਼੍ਰੀ ਅਕਾਲ ਸਰ, ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ, ਸਾਂਝਾ ਟੀਵੀ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਵੀ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਫਿਲਹਾਲ ਇੱਥੇ ਇਸ ਮੌਕੇ 'ਤੇ ਪਹੁੰਚੇ ਹੋਏ ਲਾਈਵ ਪੋਡਕਾਸਟ, ਹੁਣ ਤੱਕ ਵੈਸੇ ਉਹ ਜ਼ਮਾਨਾ ਸੀ ਜਦੋਂ ਸਿਰਫ ਤੁਹਾਡੇ ਗੀਤ ਸੁਣ ਕੇ ਹੀ ਬੱਚੇ ਵੱਡੇ ਹੁੰਦੇ ਸੀ, ਹੁਣ ਤਾਂ ਟੀ ਵੀ ਆ ਗਏ ਨੇ, ਹੁਣ ਤਾਂ ਚਿਹਰੇ ਦਿਖਦੇ ਨੇ, ਆਪਾਂ ਜਦ ਮਰਜ਼ੀ ਯੂਟਿਊਬ 'ਤੇ ਵੇਖ ਸਕਦੇ। ਲੇਕਿਨ ਤੁਸੀਂ ਉਸ ਜ਼ਮਾਨੇ ਦਾ ਜਿੱਥੇ ਧੁੰਨਾਂ ਤੁਹਾਡੇ ਨਾਮ ਦੀਆਂ ਹੀ ਵੱਜਦੀਆਂ ਰਹਿੰਦੀਆਂ ਸੀ, ਸੋ ਇੱਕ ਵਾਰ ਫਿਰ ਉਹ ਟ੍ਰੈਂਡ ਜਿਹੜਾ ਵਾਪਸ ਆ ਰਿਹਾ ਕਿ ਲਾਈਵ ਪੋਡਕਾਸਟ ਆਪਣੀ ਜਰਨੀ ਆਰਟਿਸਟ ਸ਼ੇਅਰ ਕਰ ਰਹੇ ਨੇ, ਸੋ ਤੁਹਾਨੂੰ ਕਿੱਦਾਂ ਲੱਗ ਰਿਹਾ? ਗੱਲ ਇੱਦਾਂ ਕਿ ਕਹਿੰਦੇ ਹੁੰਦੇ ਕਿ ਮੁੜ ਕੁੜ ਕੇ ਜਿਹੜਾ ਸਾਡਾ ਕਲਚਰ ਆ, ਜਿਹੜਾ ਸਾਡਾ ਵਿਰਸਾ ਆ, ਜਿੱਥੋਂ ਸ਼ੁਰੂ ਹੋਏ ਸੀ ਉੱਥੇ ਹੀ ਫਿਰ ਲੋਕ ਉਹ ਲਾਈਕ ਕਰਦੇ ਆ। ਐਂਡ ਜਿਵੇਂ ਪਹਿਲਾਂ ਫਿਲਮਾਂ ਵੀ ਜਿਹੜੀਆਂ ਉਹ ਦੇਖਦੇ ਨਹੀਂ ਸੀ ਲੋਕ ਜਾ ਕੇ ਥੀਏਟਰਾਂ ਦੇ ਵਿੱਚ, ਹੌਲੀ ਹੌਲੀ ਦੇਖੋ ਹੁਣ ਥੀਏਟਰਾਂ ਦੇ ਵਿੱਚ ਫਿਲਮ ਲੱਗ ਰਹੀ ਆ। ਸੋ ਇਸੇ ਤਰ੍ਹਾਂ ਜਿਹੜੀਆਂ ਚੀਜ਼ਾਂ, ਇਹ ਚੀਜ਼ ਵਾਰ ਵਾਰ ਆ ਰਹੀ ਆ, ਲੋਕ ਆਰਟਿਸਟਾਂ ਨੂੰ ਵੇਖਣਾ ਚਾਹੁੰਦੇ ਆ, ਲਾਈਵ ਇੰਟਰਵਿਊਆਂ ਦੇਖਣਾ ਚਾਹੁੰਦੇ ਆ। ਹੁਣ ਮੀਡੀਆ ਜਿਹੜਾ ਉਹ ਵਰਲਡ ਵਾਈਡ ਵੱਡਾ ਹੀ ਬਹੁਤ ਹੋ ਗਿਆ, ਸੋ ਇੰਟਰਨੈਟ ਨੇ ਦੁਨੀਆ ਬੜੀ ਛੋਟੀ ਕਰ ਦਿੱਤੀ। ਅਤੇ ਵਧੀਆ ਗੱਲ ਹੈ, ਇਹੋ ਜਿਹਾ ਲਾਈਵ ਪੋਡ ਜਿਹੜੇ ਆ ਉਹ ਲਾਂਚ ਹੋਣੇ ਚਾਹੀਦੇ ਆ, ਹਰ ਲੈਂਗੁਏਜ 'ਚ ਹੋਣੇ ਚਾਹੀਦੇ ਆ, ਤਾਂ ਕਿ ਉਹ ਸਾਰੀਆਂ ਆਪਣੀਆਂ ਲੈਂਗੁਏਜ ਨੂੰ ਪ੍ਰਮੋਟ ਕਰ ਸਕਣ ਵੱਧ ਤੋਂ ਵੱਧ। ਹਾਂਜੀ, ਤੁਸੀਂ ਹਮੇਸ਼ਾ ਹੀ ਜਿਹੜੀ ਪੰਜਾਬੀਅਤ ਹੁੰਦੀ, ਪੰਜਾਬੀ ਦੇ ਗੀਤ ਹੁੰਦੇ, ਪੰਜਾਬੀ ਕਲਚਰ ਨੂੰ ਇੱਕ ਚੰਗਾ ਹੁੰਗਾਰਾ ਦਿੰਦੇ ਹੋ, ਹਮੇਸ਼ਾ ਸਾਥ ਦਿੰਦੇ ਹੋ, ਸੋ ਤੁਹਾਨੂੰ ਕੀ ਲੱਗਦਾ ਕਿ ਹੁਣ ਆਪਾਂ ਹੋਰ ਪੰਜਾਬੀ ਗੀਤਾਂ ਨੂੰ, ਪੰਜਾਬੀ ਕਲਚਰ ਨੂੰ, ਜਿਹੜੇ ਲਗਾਤਾਰ ਬਾਲੀਵੁੱਡ 'ਚ ਰੀਮਿਕਸ ਹੋ ਰਹੇ, ਉਸ ਤੋਂ ਇਲਾਵਾ ਜਿਹੜੇ ਓਰੀਜਨਲ ਆਪਣੇ ਗਾਣੇ ਨੇ, ਉਹਨਾਂ ਨੂੰ ਆਪਾਂ ਕਿਵੇਂ ਅੱਗੇ ਲੈ ਜਾ ਸਕਦੇ? ਮੈਂ ਤਾਂ ਆਲਵੇਜ਼ ਇਹ ਗੱਲ ਕਹਿੰਦਾ ਜੀ ਕਿ ਤੁਸੀਂ ਓਰੀਜਨਲ ਆਪਣਾ ਯੂਜ਼ ਕਰਿਆ ਕਰੋ। ਜਿਹੜੇ ਬਾਲੀਵੁੱਡ ਦੇ ਵਿੱਚ ਵੀ ਯੂਜ਼ ਕਰਦੇ ਆ, ਉਹਨਾਂ ਨੂੰ ਵੀ ਜਾਂ ਤਾਂ ਹਿੰਦੀ ਦੇ ਪੁਰਾਣੇ ਗੀਤ ਨੇ, ਅਤੇ ਜਾਂ ਜਿਹੜੇ ਕਿਹਦਾ ਨਾਂ ਆ ਪੰਜਾਬੀ ਦੇ, ਜਿਹੜੇ ਆ ਉਹ ਕਹਿੰਦੇ ਨੇ ਪੰਜਾਬੀ 'ਚ ਲੱਤ ਕਿਸੇ ਦੀ, ਬਾਂਹ ਕਿਸੇ ਦੀ ਫੜੀ, ਉਹ ਸਮਝ ਨਹੀਂ ਲੱਗਦੀ, ਕੁਛ ਪਤਾ ਨਹੀਂ ਲੱਗ ਰਿਹਾ ਕੀ ਹੋ ਰਿਹਾ। ਸੋ ਬਹੁਤ ਵਧੀਆ ਸਾਡੇ ਪੰਜਾਬੀ ਵਿੱਚ ਵੀ ਔਰ ਹਿੰਦੀ ਵਿੱਚ ਵੀ ਰਾਈਟਰ ਬਹੁਤ ਵਧੀਆ ਨੇ, ਮਿਊਜ਼ਿਕ ਡਾਇਰੈਕਟਰ ਬਹੁਤ ਵਧੀਆ ਨੇ। ਕੁਛ ਨਵੀਂ ਚੀਜ਼ ਲੈ ਕੇ ਆਉਣੀ ਚਾਹੀਦੀ ਆ, ਤਾਂ ਕਿ ਲੋਕਾਂ ਨੂੰ ਕੁਛ ਜਿਹੜਾ ਮਿਊਜ਼ਿਕ ਜਿਹੜਾ ਸਾਡਾ ਆਉਣ ਵਾਲੀਆਂ ਪੀੜ੍ਹੀਆਂ ਤੱਕ ਜੀਵਤ ਰਹੇ। ਹਾਂਜੀ, ਗੋਲਡਨ ਸਟਾਰ ਤੁਹਾਨੂੰ ਕਹਿੰਦੇ ਨੇ ਪੰਜਾਬੀ ਇੰਡਸਟਰੀ 'ਚ, ਹੋਰ ਕਿਸੇ ਕੋਲ ਇਹ ਟੈਗ ਨਹੀਂ ਹੈਗਾ ਗੋਲਡਨ ਸਟਾਰ ਦਾ, ਜੋ ਕਿ ਬਹੁਤ ਹੀ ਵੱਡਾ ਹੈ, ਅਤੇ ਗੋਲਡਨ ਸਟਾਰ ਬਾਰੇ ਸਾਨੂੰ ਹੋਰ ਕੀ ਜਾਣਨ ਨੂੰ ਮਿਲੇਗਾ ਲਾਈਵ ਪੋਡਕਾਸਟ ਦੇ ਜ਼ਰੀਏ? ਬਿਲਕੁਲ ਜੀ, ਬਹੁਤ ਕੁਛ ਮਿਲੂਗਾ, ਕਿਉਂਕਿ ਅਸੀਂ ਇਸ ਸਾਲ ਹੁਣ ਕੱਲ੍ਹ ਵੀ ਸਾਡੀ ਸ਼ੂਟਿੰਗ ਹੈ ਇੱਥੇ ਚੰਡੀਗੜ੍ਹ, ਨਵਾਂ ਗੀਤ ਕਰ ਰਹੇ ਹਾਂ, ਉਸ ਤੋਂ ਬਾਅਦ ਇੱਕ ਗੀਤ ਹੋਰ ਆ ਰਿਹਾ, ਉਸ ਤੋਂ ਬਾਅਦ ਇੱਕ ਤਿੰਨ ਚਾਰ ਗੀਤ ਸਾਡੇ ਇਕੱਠੇ ਆ, ਕਿਉਂਕਿ ਪਹਿਲਾਂ ਮੈਂ ਪਿਛਲੇ ਸਾਲ ਅਸੀਂ ਰਿਲੀਜ਼ ਕਰਨਾ ਸੀ, ਪਿਛਲੇ ਸਾਲ ਅਸੀਂ ਹਨੀ ਸਿੰਘ ਨਾਲ ਗੁੜਨਾ ਇਸ਼ਕ ਮਿੱਠਾ ਰੀਮਿਕਸ ਕੀਤਾ ਸੀ, ਉਹਦੀ ਬਹੁਤ ਵੱਡੀ ਮਤਲਬ ਕਹਿੰਦੇ ਹੁੰਦੇ ਵੀ ਯੰਗਸਟਰਾਂ ਦੇ ਵਿੱਚ ਬੜੀ ਉਹਦੀ ਜਿੱਦਾਂ ਹੋਈ ਪਬਲਿਸਿਟੀ ਹੋਈ, ਸੋ ਉਹਦੇ ਕਰਕੇ ਅਸੀਂ ਚਾਹੁੰਦੇ ਸੀ ਕਿ ਉਸ ਤੋਂ ਕੋਈ ਉੱਪਰ ਦੀ ਕੋਈ ਗੀਤ ਹੋਰ ਆਵੇ। ਸੋ ਜਲਦੀ ਮੈਂ ਲੈ ਕੇ ਗੀਤ ਆਊਂਗਾ ਜੀ, ਅਤੇ ਚੱਕਾਂਗੇ ਫਟੇ ਜੀ। ਅੱਛਾ, ਤੁਹਾਡਾ ਕੋਈ ਹੋਰ ਗਾਣਾ ਜਿਵੇਂ ਗੁੜਨਾ ਲਓ ਇਸ਼ਕ ਮਿੱਠਾ ਬਹੁਤ ਪਾਪੂਲਰ ਹੋਇਆ ਪਹਿਲਾਂ, ਆਲਰੇਡੀ ਇਹ ਤਾਂ ਬਹੁਤ ਪਾਪੂਲਰ ਸੀ, ਲੇਕਿਨ ਇੱਕ ਵਾਰ ਫਿਰ ਜਿਹੜੇ ਯੂਥ ਨੇ ਜਿਨ੍ਹਾਂ ਨੇ ਨਹੀਂ ਸੁਣਿਆ ਸੀ ਉਹਨਾਂ ਦੇ ਕੰਨੀ ਫੇਰ ਪਿਆ ਵਾ, ਐਸਾ ਕਿਹੜਾ ਗੀਤ ਹੈ ਜਿਹੜਾ ਤੁਸੀਂ ਚਾਹੁੰਦੇ ਹੋ ਕਿ ਹਾਂ ਇਹ ਵਾਲਾ ਵੀ ਪੂਰੇ ਯੂਥ ਨੂੰ ਪਤਾ ਲੱਗੇ ਅਤੇ ਇਹ ਵਾਲਾ ਗੀਤ ਵੀ ਦੁਬਾਰਾ ਉਹਨਾਂ ਦੇ ਕੰਨਾਂ? ਗੀਤ ਜਦੋਂ ਅਸੀਂ ਬਣਾਉਂਦੇ ਸੀਗੇ, ਅਸੀਂ ਗੀਤ ਕਿਉਂਕਿ ਮੈਂ ਖੁਦ ਲਿਖਦਾ, ਅਤੇ ਜਦੋਂ ਗੀਤ ਲਿਖਦੇ ਸੀਗੇ ਅਤੇ ਇਹ ਲਿਖਣਾ ਪੈਂਦਾ ਸੀਗਾ ਕਿ ਉਦੋਂ ਵੀਡੀਓ ਨਹੀਂ ਸੀ ਹੁੰਦੀ, ਅਸੀਂ ਵੀਡੀਓ ਗੀਤ ਰਾਹੀਂ ਦਿਖਾਲਦੇ ਹੁੰਦੇ ਸੀ। ਮੈਂ ਇੱਕ ਗੀਤ ਹੋਰ ਲੈ ਕੇ ਆਊਂਗਾ ਥੋੜ੍ਹੇ ਟਾਈਮ ਠਹਿਰ ਕੇ, ਕਿਉਂਕਿ ਦੋ ਤਿੰਨ ਨਵੇਂ ਕਰਕੇ ਫੇਰ ਕਰਾਂਗੇ, ਕਿਤੇ ਲੋਕ ਇਹ ਨਾ ਸੋਚਣ ਕਿ ਮਲਕੀਤ ਕੋਲ ਮੈਟਰ ਹੀ ਮੁੱਕ ਗਿਆ। ਪਰ ਜਿਹੜਾ ਗਾਣਾ ਭੰਗੜਾ ਪਾਉਣ ਨੂੰ ਜੀ ਕਰਦਾ ਸੀ, ਉਹਦੇ ਵਰਗਾ ਗਾਣਾ ਅੱਜ ਤੱਕ ਹੱਲੇ ਨਹੀਂ ਬਣਿਆ ਕਿ ਵੇਖ ਕੇ ਕਲੱਬ ਵਿੱਚ ਬੈਠੀ ਕੁੜੀ ਇਕੱਲੀ, ਹਾਣ ਦੇ ਮੁੰਡੇ ਨੇ ਆ ਕੇ ਕੋਲ ਸੀਟ ਮੱਲੀ, ਕਹਿੰਦਾ ਕੁੜੀ ਨੂੰ ਬੁਲਾਉਣ ਨੂੰ ਜੀ ਕਰਦਾ ਅਤੇ ਅੱਜ ਭੰਗੜਾ ਪਾਉਣ ਨੂੰ ਜੀ ਕਰਦਾ। ਸੋ ਉਹ ਜਿਹੜੇ ਉਹੋ ਜਿਹਾ ਗੀਤ ਸੀਗੇ, ਉਹਨਾਂ ਦੇ ਫੇਰ ਦੁਬਾਰਾ ਹੋਣੇ ਚਾਹੀਦੇ। ਹਾਂਜੀ, ਜਾਣ ਤੋਂ ਪਹਿਲਾਂ ਦੋ ਲਾਈਨਾਂ ਛੋਟੀ ਜੀ ਤੁਹਾਡੇ ਪਸੰਦੀਦਾ ਗੀਤ ਦੀ। ਬਸ ਮੈਂ ਤਾਂ ਤੁਸੀਂ ਸਾਂਝਾ ਟੀ ਵੀ ਤੋਂ ਮੇਰੇ ਗਾਣੇ ਸੁਣਦੇ ਰਹਿੰਦੇ ਹੋ ਜੀ, ਕੋਈ ਨਾ ਕੋਈ ਲਾਦਣਾ ਤੀਰਥ ਜਾਂ ਸਾਡੇ ਮਿਲੇ ਵੀਰ ਨੇ। ਸੋ ਲਾਈਵ ਦਾ ਮਜ਼ਾ ਅਲੱਗ ਹੈ ਨਾ। ਹਾਂ, ਮੈਂ ਉਹੀ ਕਹਿੰਦਾ ਗੁੜ ਨਾਲੋਂ ਇਸ਼ਕ ਮਿੱਠਾ ਹੋ ਹੋ ਰੱਬਾ ਲੱਗਣਾ ਕਿਸੇ ਨੂੰ ਜਾਵੇ, ਗੁੜ ਨਾਲੋਂ ਇਸ਼ਕ ਮਿੱਠਾ। ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਥੈਂਕ ਯੂ ਸੋ ਮਚ ਸਰ, ਥੈਂਕ ਯੂ ਫੋਰ ਇੰਟਰੈਕਟਿੰਗ ਵਿਦ ਅਸ। ਸੋ ਇਸੇ ਸਾਡੇ ਨਾਲ ਮਲਕੀਤ ਸਿੰਘ ਜੀ, ਜੋ ਕਿ ਅੱਜ ਇੱਥੇ ਪਹੁੰਚੇ ਹੋਏ ਨੇ ਚੰਡੀਗੜ੍ਹ ਵਿਖੇ ਲਾਈਵ ਪੋਡਕਾਸਟ ਦੇ ਲਾਂਚਿੰਗ ਈਵੈਂਟ 'ਤੇ। ਇਹਨਾਂ ਦੇ ਜਲਦ ਹੀ ਤੁਸੀਂ ਕੋਈ ਵੀ ਹੋਰ ਨਵੇਂ ਪ੍ਰੋਜੈਕਟਸ ਵੇਖਣ ਵਾਲੇ ਹੋ ਟੀ ਵੀ 'ਤੇ, ਸੋ ਟਿਲ ਦੈਨ ਸਟੇ ਟਿਊਨਡ ਵਿਦ ਸਾਂਝਾ ਟੀ ਵੀ 'ਤੇ। ਅਸੀਂ ਤੁਹਾਡੀ ਮੁਲਾਕਾਤ ਕਰਵਾਉਂਦੇ ਰਹਾਂਗੇ ਐਸੇ ਹੀ ਪੰਜਾਬੀ ਸੈਲੀਬ੍ਰਿਟੀਜ਼ ਦੇ ਨਾਲ।
ਸ਼੍ਰੀਕਾਲ ਜੀ, ਤੁਸੀਂ ਵੇਖ ਰਹੇ ਹੋ ਸਾਂਝਾ ਟੀਵੀ ਅਤੇ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਇੱਕ ਐਸੀ ਨੋਨ ਇੰਡੀਅਨ ਸਿੰਗਰ ਦੇ ਨਾਲ ਜੋ ਕਿ ਭਾਵੇਂ ਵਿਦੇਸ਼ ਤੋਂ ਹੈ ਲੇਕਿਨ ਉਹਨਾਂ ਨੇ ਸਾਡੇ ਦੇਸ਼ ਵਾਸੀਆਂ ਦਾ ਦਿਲ, ਪੰਜਾਬੀਆਂ ਦਾ ਦਿਲ ਜ਼ਰੂਰ ਜਿੱਤਿਆ। ਜੀ ਹਾਂ, ਸੋ ਵੀ ਹੈਵ ਅਨੀਤਾ ਵਿਦ ਅਸ। ਸਤਿ ਸ਼੍ਰੀ ਅਕਾਲ ਮੈਮ, ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ? ਬਹੁਤ ਵਧੀਆ, ਬਹੁਤ ਵਧੀਆ। ਵੈਸੇ ਮੈਨੂੰ ਐਕਸਪੈਕਟ ਨਹੀਂ ਸੀ ਤੁਸੀਂ ਇੰਨੀ ਸੋਹਣੀ ਸਤਿ ਸ਼੍ਰੀ ਅਕਾਲ ਬੋਲ ਲਓਗੇ। ਲਾਈਕ ਨੋਰਮਲੀ ਹੁੰਦਾ ਕਿ ਹਾਂ ਸਤਿ ਸ਼੍ਰੀ ਅਕਾਲ ਥੋੜ੍ਹਾ ਜਿਹਾ ਨਿਕਲਦਾ, ਬਟ ਤੁਸੀਂ ਬਹੁਤ ਹੀ ਸੋਹਣੇ ਤਰੀਕੇ ਨਾਲ ਪੰਜਾਬੀ ਆਈ ਥਿੰਕ ਬੋਲ ਲੈਂਦੇ ਹੋ। ਜੀ ਜੀ ਜੀ, ਸੋ ਆਈਵ ਲਿਵਡ ਇਨ ਪੰਜਾਬ ਫੋਰ ਪੀਰੀਅਡ ਆਫ 10 ਈਅਰਸ ਇਨ ਹੁਸ਼ਿਆਰਪੁਰ ਐਂਡ ਜਲੰਧਰ, ਐਂਡ ਮਾਈ ਫਰਸਟ ਐਲਬਮ ਵਾਸ ਹੀਰ ਫਰੋਮ ਡੈਨਮਾਰਕ। ਸੋ ਯੈਸ, ਸੋ ਹਾਊ ਇਜ਼ ਯੋਰ ਐਕਸਪੀਰੀਅੰਸ ਇਨ ਪੰਜਾਬ? So I love the Punjabi music and culture. It's so rich, it's so fun, it's so lively, and actually I feel my heart belongs to Punjab. Punjab is my second home and I always stay in Hoshiarpur and Jalandhar with my families there. I even got married in Hoshiarpur. In Hoshiarpur? Lucky man, huh? No. Okay, so what do you like about Punjabi music specifically? So it's the beats, it's so lively, and the whole, all the references to the rich Punjabi culture, it's the music that speaks to myself. The first song I learned was Lathe di jadir utte sale di rang maya, aavo samne aavo samne kolon di rus gana lang maya. How do you understand the Punjabi lyrics and their typical meanings? How do you understand that? So I basically lived as, you know, a daughter of the house with Anurag Sood and my late teacher Ratan Singh Rajput, and you know, they taught me the pronunciation and the meaning of each word. I have to write down everything. So learning Heer by Varish Shah was, I really had to read the whole story about Heer Ranjha, and so I could understand every word. That's my favorite song, Heer by Varish Shah. Really sing well. It's just kind of ki any sohni Punjabi ta shayad normal Punjabi nu bol pande sade varge jinna thodi ch matlab typical Punjabi ch hath thoda tight hai, but theth Punjabi. Do you understand that theth Punjabi? Theth Punjabi, haan ji haan ji, it's like completely. And can you speak theth Punjabi? I don't speak Punjabi fluently. I might know 50 Punjabi songs, so I can sing heer akh te joge ha ਬਚੂਠ ਬੋਲੇ ਵੇ ਕੌਣ ਰੁੱਠੜੇ ਯਾਰ ਮਨਾ ਐਸਾ ਕੋਈ ਨਾ ਮਿਲਿਆ ਵੇ ਮੈਂ ਢੂੰਡ ਥੱਕੀ ਹਾਂ ਜਿਹੜਾ ਗਿਆ amazing. It's kind of you are flowing with the music and the singing and everything. I feel my soul belongs to Punjab, and I feel I could have been a Punjabi kudi in a different life. But you know, when I sing a lot of the dancey Punjabi bhangra songs, like aao ji ji aayanu, aao ji ji aayanu, ਤਨ ਪਾਗ ਨੇ ਸਾਡੇ ਅੱਜ ਦਰਸ਼ਨ ਹੋਏ ਤੁਹਾਡੇ ਤੇ ਅਸੀਂ ਕਹਿੰਦੇ ਹਾਂ ਆਓ ਜੀ ਜੀ ਆਇਆਂ ਨੂੰ, ਆਓ ਜੀ ਜੀ ਆਇਆਂ ਨੂੰ। ਸੋ ਇਟਸ ਦ ਡਾਂਸਿੰਗ, ਇਟਸ ਰੀਡਸ, ਇਟ ਜਸਟ ਮੇਕਸ ਮਾਈ ਸੋਲ ਅਲਾਈਵ। ਚਾਹੇ ਤੁਹਾਡਾ ਜਨਮ ਡੈਨਮਾਰਕ 'ਚ ਹੋਇਆ ਲੇਕਿਨ ਲੱਗ ਰਿਹਾ ਕਿ ਹਾਂ ਤੁਹਾਡਾ ਦਿਲ ਪੰਜਾਬੀ ਹੈ ਅਤੇ ਤੁਹਾਡੀ ਰੂਹ ਵੀ ਪੰਜਾਬੀ ਹੀ। ਜੀ ਜੀ, so what do you like most about the Punjab and Punjabi girl and Punjabi jatti, the you know nakra nakra, you know, getting to dress up as a Punjabi princess with you know the churidar, the churiyan, and you know the bindi, the colorful outfits, the Punjabi hospitality, you don't see that anything like that in the whole world, and it's so, and the whole world needs to know more about Punjab, and I love promoting Punjab and Punjabi culture and music.
then how did you start your journey as a Punjabi singer in 2006 by Heer song? Why did you choose the typical Heer song, Heer Ranjha story, just to start your singing? Yes. So I was trekking in Himachal Pradesh, Kulu Manali, with the Anurag suit, staying in this apple orchard with a Danish group of people. And on the way to Punjab, the driver was playing these Punjabi songs, and I felt, this is the music I've been looking for. So I got a record contract. I stayed back in Punjab. And in 3 months, I learned my first 8 Punjabi songs. Maybe this is one of my favorite songs from this album. Heer from Denmark was the first album. It's called Passport. Bahi god mein bor ho gayi pind ek keh tera bahi god mein bor ho gayi pind ek keh tera ve main challi aave lai tenu dete passport tete passport mera ve main challi aave lai tenu london city vich roz raat nu sair karan si jaandi pickat li te chung chakad ke chigni bisasi khandi chicken bisasi khandi main makki diyan rotti de naal kha leya saag bithera ve main challi aave lai tenu tete passport tete passport mera ve main challi aave lai tenu ਜਿੰਨੀ ਤਾਰੀਫਾਂ ਕੀਤੀਆਂ ਜਾਣ ਓਨੀਆਂ ਘੱਟ ਨੇ ਐਕਚੁਅਲੀ ਪਤਾ ਲੱਗਦਾ ਹੈ ਕਿ ਹਾਂ ਪੰਜਾਬੀ ਕੁੜੀ ਇੱਕ ਜਿਹੜੀ ਤੁਹਾਡੇ ਅੰਦਰ ਹੈ ਉਹ ਕਿਵੇਂ ਬਾਹਰ ਆ ਰਹੀ ਹੈ ਤੁਹਾਡੇ ਗਾਣਿਆਂ ਦੇ ਜ਼ਰੀਏ ਐਂਡ ਯੂ ਲੁੱਕ ਅਮੇਜ਼ਿੰਗ ਟੂਡੇ ਯੂ ਆਰ ਲੁਕਿੰਗ ਸੋ ਬਿਊਟੀਫੁਲ ਥੈਂਕ ਯੂ ਸੋ ਮੱਚ ਫੋਰ ਇੰਟਰੈਕਟਿੰਗ ਵਿਦ ਅਸ ਐਂਡ ਲਾਸਟਲੀ ਟੈਲ ਅਸ ਅਬਾਊਟ ਸਮਥਿੰਗ ਟੂਡੇ ਲਾਈਵ ਪੋਡਕਾਸਟ ਪੰਜਾਬੀ ਪੋਡਕਾਸਟ ਵਟਸ ਦੈਟ So Punjabi Star Live has created this first Punjabi live podcast, and it's such a perfect way of uniting the Punjabi music industry together, promoting Punjabi music and films globally, worldwide, because anyone, any Punjabi all over the world, they can download the episodes, listen and look at the videos 24/7. That means it doesn't matter which time zone you're in, you can just download it anywhere. So I flew in from Indianapolis in US to be here today, and to Hariji and Gariji, bahut bahut mubarak. It's such a great thing to be able to support Punjabi Star Live with this Punjabi Live podcast, and I think it's going to be huge globally. Of course. And thank you so much for coming here to join us. Thank you so much for giving Punjabi industry so much about that typical Heer Ranjha songs or that dancing bhagda songs. Yeah. I know more coming from you, hai na? Bahut sare hun hor vi aa rahe ne albums tade valo. Yes. So I'm a radio host now at the first, it's the first mainstream and the number one South Asian radio station, Ruckus Avenue Radio. So we really want to work together with Punjabi Star Live and showcase the podcast through our media as well, which is the number one South Asian radio station in North America. Yes, I'm always working on new songs. So I wrote a new English album, and I would love to do some more collaborations with some great Punjabi artists. Amazing. Thank you so much for coming. Thank you so much for interacting with us. Hope we'll see you in future and listen to your music for more and more years and enjoy it. Thank you so much, ma'am. Thank you. Maybe I would like to introduce Mr. Agyapal Ranthawa ji. So he's a former senior producer at DT Punjabi. And he also created a documentary about my work called Kashish Punjabdi. You can maybe tell it. What's that project? Actually, when I met Anita, I made a documentary on Surendra Kaur. She is one of the legend singers of Punjab. Mm. And I got the National Award for the documentary. When the documentary got the National Award, during that time, she released an album, Heer from Denmark. Yes. And she came to me. And when I heard from her, the Heer, really, I was so impressed. I thought that I must make a documentary on her because she is from Denmark, from Europe. She have come from Europe and she's understanding the Punjabi. She, first of all, she tried to understand, to learn the Punjabi language. Then she learned the music. Then she released the first album, Heer from Denmark. Then I thought it's better
because the effort which she is putting, she is promoting the Punjabi music. That is wonderful. And we must produce a documentary on her. So then we made a documentary, Kashish Punjab. It was appreciated by all. And she is really promoting the Punjabi culture throughout the world. She is, rather, she is the Punjabi ambassador, we can say. ਕਾਫੀ ਤਾਰੀਫਾਂ ਹੋ ਰਹੀਆਂ ਨੇ ਸਾਡੀ ਵਿਲੈਤਣ ਪੰਜਾਬੀ ਦੀਆਂ। ਥੈਂਕ ਯੂ ਸੋ ਮਚ ਫੋਰ ਕਮਿੰਗ, ਥੈਂਕ ਯੂ ਸੋ ਮਚ ਫੋਰ ਜੁਆਇਨਿੰਗ ਅਸ ਸਰ। ਸੋ ਵੀ ਹੋਪ ਕਿ ਹੁਣ ਲਾਈਵ ਪੋਡਕਾਸਟ 'ਤੇ ਵੀ ਤੁਹਾਡੀ ਆਡੀਅੰਸ ਤੁਹਾਨੂੰ ਸੁਣੇਗੀ ਐਂਡ ਤੁਹਾਡੀ ਜ਼ਿੰਦਗੀ ਬਾਰੇ ਜਾਣੇਗੀ। ਥੈਂਕ ਯੂ ਸੋ ਮਚ। ਸੋ ਇਹ ਸੀ ਸਾਡੇ ਨਾਲ ਅਨੀਤਾ ਜੀ, ਜੋ ਕਿ ਸਪੈਸ਼ਲੀ ਡੈਨਮਾਰਕ ਤੋਂ ਇੱਥੇ ਪੰਜਾਬ 'ਚ ਆਏ ਹੋਏ ਨੇ ਆਪਣੇ ਪੰਜਾਬੀ ਮਿਊਜ਼ਿਕ, ਜਿਹੜਾ ਇਹਨਾਂ ਦਾ ਪਿਆਰਾ ਪੰਜਾਬੀ ਮਿਊਜ਼ਿਕ ਦੇ ਲਈ ਉਹ ਸੰਸਾਰ ਵੇਖਣ ਨੂੰ ਮਿਲਿਆ। ਤੁਸੀਂ ਵੇਖ ਚੁੱਕੇ ਕਿ ਕਿਸ ਤਰ੍ਹਾਂ ਇਹਨਾਂ ਨੇ ਇੱਕ ਵੀਡੀਓ 'ਚ 4 ਗਾਣੇ ਸੁਣਾਤੇ ਨੇ, ਪਤਾ ਲੱਗਦਾ ਕਿ ਹਾਂ ਪੰਜਾਬੀ ਮਿਊਜ਼ਿਕ ਇਹਨਾਂ ਦੇ ਰੂਹ 'ਚ ਵਸਿਆ ਹੋਇਆ ਹੈ ਕਿ ਤੁਸੀਂ ਜਿੰਨਾ ਮਰਜ਼ੀ ਲੋਕ ਲਓ ਲੇਕਿਨ ਪੰਜਾਬੀ ਮਿਊਜ਼ਿਕ, ਪੰਜਾਬੀ ਗਾਣੇ ਜਿਹੜੇ ਨੇ ਉਹ ਸਾਨੂੰ ਸੁਣਨ ਨੂੰ ਮਿਲ ਹੀ ਜਾਂਦੇ ਨੇ। ਸੋ ਇਹ ਲਾਈਵ ਪੋਡਕਾਸਟ ਜਿਹੜਾ ਇੱਥੇ ਤੁਸੀਂ ਸੁਣ ਸਕਦੇ ਹੋ ਆਪਣੇ ਫੇਵਰੇਟ ਸਿੰਗਰ ਦੀ ਪਰਸਨਲ ਲਾਈਫ, ਉਹਨਾਂ ਦੀ ਪਰਸਨਲ ਰਿਲੇਸ਼ਨਸ, ਕਿਸ ਤਰ੍ਹਾਂ ਦੀ ਉਹਨਾਂ ਦੀ ਲਾਈਫ ਰਹੀ, ਕਿਸ ਤਰ੍ਹਾਂ ਦੀ ਉਹਨਾਂ ਦੀ ਜਰਨੀ ਰਹੀ ਹੈ, ਤੁਸੀਂ ਲਾਈਵ ਪੋਡਕਾਸਟ 'ਤੇ ਸੁਣ ਸਕਦੇ ਹੋ। ਐਂਟਿਲ ਦੈਨ ਸਟੇ ਟਿਊਨ ਵਿਦ ਸਾਂਝਾ ਟੀਵੀ। ਸੋ ਜੀ, ਹੁਣ ਅਸੀਂ ਤੁਹਾਡੀ ਮੁਲਾਕਾਤ ਕਰਵਾਉਣੇ ਹਾਂ ਪੰਜਾਬੀ ਰੈਨੌਤ ਸਿੰਗਰ ਗੁਰਕਿਰਪਾਲ ਸੁਰਾਪੁਰੀਆ ਜੀ। ਸਤਿ ਸ਼੍ਰੀ ਅਕਾਲ ਸਰ, ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ, ਸਾਂਝਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ, ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਥੈਂਕ ਯੂ ਸੋ ਮਚ ਸਰ। ਸੋ ਅੱਜ ਇੱਥੇ ਪਹੁੰਚੇ ਹੋਏ ਹਾਂ ਚੰਡੀਗੜ੍ਹ, ਤੁਹਾਡਾ ਤਾਂ ਅਕਸਰ ਬਾਹਰ ਦਾ ਪੰਜਾਬ ਦਾ ਟੂਰ ਰਹਿੰਦਾ ਹੀ ਹੈ, ਲੇਕਿਨ ਜਦੋਂ ਪੰਜਾਬ ਆਉਂਦੇ ਹੋ ਕਿੱਦਾਂ ਦੀ ਵਾਈਬਸ, ਕਿੱਦਾਂ ਦੀ ਫੀਲਿੰਗਸ ਚੇਂਜ ਹੁੰਦੀਆਂ ਨੇ ਲਾਈਫ? ਨਹੀਂ, ਬਹੁਤ ਵਧੀਆ ਲੱਗਦਾ ਜੀ। ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਜੀ, ਔਰ ਕੈਪੀਟਲ ਹੈਗੀ ਹੈ। ਇੱਥੇ ਤਾਂ ਵੈਸੇ ਹੀ ਪੁਰਾਣਾ ਟਾਈਮ ਬਹੁਤ ਬਿਤਾਇਆ ਹੋਇਆ। ਸੋ ਅੱਜ ਬਹੁਤ ਚੰਗਾ ਲੱਗਿਆ, JW ਮੈਰਿਟ ਦੇ ਵਿੱਚ ਜਿਹੜਾ ਈਵੈਂਟ ਔਰਗੇਨਾਈਜ਼ ਕੀਤਾ ਇਹਨਾਂ ਨੇ, ਗੈਰੀ ਅਤੇ ਹੈਰੀ ਵੀਰ ਨੇ, ਇੱਥੇ ਪਹੁੰਚੇ ਹਾਂ, ਹੋਰ ਸਾਰੇ ਆਰਟਿਸਟਾਂ ਨੂੰ ਵੀ ਮਿਲੇ, ਬੜਾ ਚੰਗਾ ਲੱਗਿਆ। ਪੋਡਕਾਸਟ ਲਾਈਵ ਬੇਸਿਕਲੀ ਇੱਕੋ ਜ਼ਮਾਨਾ ਸੀ ਜਦੋਂ ਆਪਾਂ ਸਿੰਗਰਸ ਨੂੰ ਸਿਰਫ ਸੁਣਦੇ ਹੁੰਦੇ ਸੀ, ਚਿਹਰੇ ਨਹੀਂ ਦਿਖਦੇ ਸੀ, ਅਤੇ ਇੱਕ ਵਾਰ ਫਿਰ ਇੱਕ ਉਹੀ ਚੀਜ਼ ਆ ਗਈ ਕਿ ਆਪਾਂ ਉਹਨਾਂ ਦੀ ਆਵਾਜ਼ ਸੁਣ ਸਕਾਂਗੇ, ਉਹਨਾਂ ਦੀ ਜ਼ਿੰਦਗੀ ਬਾਰੇ ਜਾਣ ਸਕਾਂਗੇ, ਉਹਨਾਂ ਦੇ ਐਕਸਪੀਰੀਅੰਸ ਜਾਣ ਸਕਾਂਗੇ। ਅਤੇ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਪਲੈਟਫਾਰਮ, ਇਹ ਜ਼ਰੀਆ ਕਿੰਨਾ ਬਿਹਤਰੀਨ ਹੈ ਆਡੀਅੰਸ ਤੱਕ ਪਹੁੰਚਣ ਦਾ? ਦੇਖੋ, ਹਰ ਫੀਲਡ ਦੇ ਵਿੱਚ ਐਕਸਪੈਰੀਮੈਂਟ ਹੁੰਦੇ ਨੇ। ਇਹਨਾਂ ਨੇ ਵੀ ਇੱਕ ਡਿਫਰੈਂਟ ਪੰਜਾਬੀ ਪੋਡਕਾਸਟ ਦਾ ਕੰਸੈਪਟ ਲੈ ਕੇ ਆਏ ਨੇ, ਹੈ ਨਾ। ਹੌਲੀ 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 ਜਿਵੇਂ ਜਿਵੇਂ ਇਹਦਾ ਐਕਸਪੀਰੀਅੰਸ ਇਹਨਾਂ ਦਾ ਹੋਏਗਾ, ਮੇਰਾ ਖਿਆਲ ਹੈ ਵੀ ਕਾਫੀ ਕੁਛ ਚੇਂਜਿਸ ਆਉਣਗੀਆਂ, ਮੈਨੂੰ ਉਮੀਦ ਆ, ਹੈ ਨਾ। ਹਜੇ ਹੁਣੇ ਹੁਣੇ ਅਸੀਂ ਵੀ ਜੁੜੇ ਹਾਂ, ਅਤੇ ਉਮੀਦ ਆ ਵੀ ਨਵੇਂ ਆਰਟਿਸਟਾਂ ਨੂੰ ਵੀ ਇਸ 'ਤੇ ਲੈ ਕੇ ਆਉਣਗੇ, ਸਾਡੀਆਂ ਵੀ ਜਿਹੜੇ ਪੁਰਾਣੇ ਆਰਟਿਸਟ ਨੇ ਉਹਨਾਂ ਨੂੰ ਵੀ ਅੱਗੇ ਲੈ ਕੇ ਇਹ ਜਾਣਗੇ। ਇੱਕੋ ਜਗ੍ਹਾ ਦੇ ਉੱਤੇ ਤੁਸੀਂ ਰੇਡੀਓ ਨੂੰ ਵੀ, TV ਨੂੰ ਵੀ, ਸਾਰੀ ਜਗ੍ਹਾ ਤੁਸੀਂ ਵਰਲਡ ਵਾਈਡ ਤੁਸੀਂ ਤੁਹਾਡੀ ਇਮੀਡੀਏਟ ਇੰਟਰਵਿਊ ਚਲੇ ਜਾਏਗੀ। ਸੋ ਵੱਖਰਾ ਕੰਸੈਪਟ ਆ, ਸੋਹਣਾ ਲੱਗਿਆ ਮੈਨੂੰ ਗੱਲਬਾਤ। ਬੇਸਿਕਲੀ ਜਿਹੜੇ ਪੁਰਾਣੇ ਆਰਟਿਸਟ ਨੇ ਆਪਣੇ, ਉਹਨਾਂ ਦਾ ਫੈਨ ਬੇਸ ਇੱਕ ਸਟਿਲ ਬਣਿਆ ਹੋਇਆ ਇੰਨੇ ਸਾਲਾਂ ਤੋਂ, ਜਿਨ੍ਹਾਂ ਨੇ ਤੁਹਾਨੂੰ ਸੁਣਿਆ ਉਹ ਤੁਹਾਡੇ ਫੈਨ ਬਣ ਚੁੱਕੇ। ਅੱਜ ਕੱਲ੍ਹ ਕੀ ਹੁੰਦਾ, ਕੋਈ ਸਟਾਰ ਆਉਂਦਾ, 3 ਸਾਲ ਚੱਲਦਾ, 4 ਸਾਲ ਚੱਲਦਾ, ਕੰਟਰੋਵਰਸੀ 'ਚ ਫਸਦਾ ਜਾਂ ਫਲੋਪ ਹੋ ਜਾਂਦਾ, ਇਹ ਚੀਜ਼ਾਂ ਹੁੰਦੀਆਂ ਨੇ, ਲੇਕਿਨ ਜਿਹੜੇ ਪੁਰਾਣੇ ਸਟਾਰ ਨੇ ਉਹ ਕਦੀ ਫਲੋਪ ਨਹੀਂ ਹੋਏ। ਅਤੇ ਤੁਹਾਨੂੰ ਕੀ ਲੱਗਦਾ, ਜਿਹੜਾ ਸਕਸੈਸ ਮੰਤਰਾ ਹੈ ਇਹ ਸਿਰਫ ਪੁਰਾਣੇ ਸਟਾਰਸ ਕੋਲ ਹੈ ਕਿ ਅੱਜ ਦੇ ਸਟਾਰਸ ਨੂੰ ਦੇਣ ਦੀ ਲੋੜ ਹੈ, ਉਹਨਾਂ ਨੂੰ ਇਸ ਸਕਸੈਸ ਮੰਤਰਾ ਦੀ ਕਲਾਸਿਸ ਦੀ ਲੋੜ? ਨਹੀਂ, ਮੁੰਡੇ ਬਹੁਤ ਸੋਹਣਾ ਗਾਉਂਦੇ ਨੇ ਜੀ, ਅਸੀਂ ਕਹਿੰਦੇ ਹਾਂ, ਅਸੀਂ ਕਹਿੰਦੇ ਹਾਂ ਹਮੇਸ਼ਾ ਤਰੱਕੀਆਂ ਕਰਨ। ਸਿਰਫ ਇੱਕੋ ਹੀ ਗੱਲ ਹੁੰਦੀ ਹੈ ਵੀ ਥੋੜ੍ਹਾ ਜਿਹਾ ਜਲਦੀ, ਮਤਲਬ ਸ਼ੋਰਟਕੱਟ ਵੇ ਦੇ ਨਾਲ ਜਦੋਂ ਤੁਸੀਂ ਜਾਂਦੇ ਹਾਂ, ਤੁਹਾਡੇ ਕੋਲ ਗਲਤੀਆਂ ਹੋ ਜਾਂਦੀਆਂ, ਹੈ ਨਾ। ਮੈਂ ਪਹਿਲਾਂ ਵੀ ਦੱਸ ਕੇ ਹਟਿਆ ਵੀ ਜਦੋਂ ਸਾਈਕਲ ਵੀ ਸਿੱਖਦਾ ਸੱਟਾਂ ਲੱਗਦੀਆਂ, ਹੈ ਨਾ, 2-4 ਵਾਰੀ ਬੰਦਾ ਡਿੱਗੂਗਾ, ਐਂ ਕਰੂਗਾ, ਫਿਰ ਸਾਈਕਲ ਦੀ ਸਵਾਰੀ ਸ਼ੁਰੂ ਹੋ ਜਾਂਦੀ ਹੈ। ਇਹਦੇ ਜ਼ਿੰਦਗੀ ਦਾ ਸਫ਼ਰ ਆ, ਮਿਊਜ਼ਿਕ ਦਾ ਸਫ਼ਰ ਆ। ਦੂਜਿਆਂ ਨੂੰ ਦੇਖ ਕੇ ਅਸੀਂ ਕਈ ਵਾਰੀ ਬਹੁਤ ਜਲਦੀ ਕਰਦੇ ਹਾਂ ਵੀ ਅਸੀਂ ਇੱਕੋ ਦਮੇ ਸਟਾਰ ਬਣ ਜਾਈਏ, ਉਹ ਥੋੜ੍ਹਾ ਮੁਸ਼ਕਲ ਹੁੰਦਾ, ਹੈ ਨਾ। ਜਿੰਨਾ ਜਿੰਨਾ ਤੁਹਾਡਾ ਐਕਸਪੀਰੀਅੰਸ ਹੋਈ ਜਾਂਦਾ, ਤੁਹਾਡਾ ਰਿਆਜ਼ ਹੋਈ ਜਾਂਦਾ, ਗਾਉਣ ਵਾਲੇ ਬਹੁਤ ਨੇ, ਬਟ ਸਿਲੈਕਸ਼ਨ ਆਫ ਸੌਂਗਸ, ਕੀ ਤੁਹਾਨੂੰ ਸੂਟ ਕਰਦਾ, ਕੀ ਤੁਹਾਡੀ ਵੋਕਲ ਨੂੰ ਚੰਗਾ ਲੱਗਦਾ, ਉਹ ਚੀਜ਼ ਦਾ ਬਹੁਤ ਧਿਆਨ ਰੱਖਣਾ ਚਾਹੀਦਾ। ਕਈ ਵਾਰੀ ਤੁਹਾਡੀ ਪ੍ਰੈਜੈਂਟੇਸ਼ਨ, ਤੁਸੀਂ ਗਵਾਈਏ ਚੰਗੇ ਹੁੰਦੇ ਆ, ਪਰ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਵੀ ਅੱਗੇ ਕੌਣ ਆ ਅਤੇ ਮੈਂ ਉਹਨਾਂ ਨੂੰ ਕੀ ਸੁਣਾਉਣਾ, ਹੈ ਨਾ। ਸਾਰੀਆਂ ਚੀਜ਼ਾਂ ਦਾ ਸੁਮੇਲ ਹੁੰਦਾ ਇੱਕ ਚੰਗੀ ਗਾਇਕੀ ਦੇ ਲਈ, ਹੈ ਨਾ। ਸੋ ਮੇਰਾ ਖਿਆਲ ਹੈ ਵੀ ਅਸੀਂ ਛੋਟੇ ਛੋਟੇ ਮੇਲੇ ਲਾਉਂਦੇ ਹਾਂ, ਵੱਡੀਆਂ ਸਟੇਜਾਂ ਵੀ ਕਰਦੇ ਹਾਂ, ਹਰ ਤਰ੍ਹਾਂ ਦਾ ਆਡੀਅੰਸ ਦੇਖ ਕੇ ਅਸੀਂ ਉਹਦੇ ਮੁਤਾਬਕ ਚੱਲਦੇ ਹਾਂ। ਸੋ ਛੋਟੇ ਭਰਾ ਆ, ਤਰੱਕੀਆਂ ਕਰਨ ਪਰ ਕਾਹਲੀ ਨਾ ਕਰਨ ਥੋੜ੍ਹਾ ਜਿਹਾ, ਹੈ ਨਾ। ਇੱਦਾਂ ਨਹੀਂ ਹੁੰਦਾ ਵੀ ਮੈਂ ਰਾਤੋ ਰਾਤ ਸਟਾਰ ਬਣ ਜਾ, ਹੈ ਨਾ, ਬਣ, ਬਟ ਇਹ ਆ ਵੀ ਸ਼ੋਰਟਕੱਟ ਵੇ ਦੇ ਨਾਲ ਨਹੀਂ।
लाइव पॉडकास्ट इज ऑल अबाउट एक्सपीरियंसिस एंड जर्नी, कोई तुहाडा एक छोटा जिहा एक्सपीरियंस एक्सक्लूसिवली जो तुसीं दसना चाहते होवो या कभी भी लाइव दे विच एक छोटा जिहा एक्सपीरियंस जो कभी होया होवे जिन्हें बहुत वड्डी सीख दित्ती हो। नहीं देखो एक बार मैं याद आ भी मैं जलंधर संसारपुर हॉकी का मक्का जिन्हों कहा जाता हॉकी के खिडारी उत्थे बहुत ओलंपियन पैदा हुए ने कंटीन्यूटी शोज सके दो एक दिन दो एक दिन फिर वीकली लास्ट वीक दे विच देखो अजकल तो हम सीढ़िया सूढ़िया लाई जाते असी तो लाइव गाईदा है ना से मैं लास्ट विच बहुत थक गया सगा है ना एक लास्ट जिहड़ा शो सगा ते मैनू ऐ लग्या भी अज मेरा शो फ्लॉप हो जाना डर सी मन च है ना क्योंकि स्टेज नू तो हमेशा मत्था टेक के चढ़ीदा ते बट मैं अपने बीजी नू फोन किया मैं कहा बीजी भी मेरा गला बहुत दुखदा है ना मावां ठंडियां छावां मावां दियां अरदासां हमेशा ते वो कहिंदे पुत कोई गल नहीं ठीक हो जाना है ना ते मैं चाह मुंडे कोलों मंगवाई मैं कहा थोड़ी जी वधिया जी गर्म जी चाह लैके आ ते जो वोकल कॉर्ड्स कई थक जाते हैं कई बार तुसीं कंटीन्यूटी काम करदे हो ते पर दूजे तीजे गीत दे विच परमात्मा ने बहुत सुनी वोकल ऐन फ्रैश हो गई तो शो इन्ना वधिया गया वो कहन यार इदां दा शो ही नहीं किया तू। सो कई बार दिल नहीं छड्डना चाहिए सो मेरा ख्याल है माड़े टाइम चंगे टाइम आउंदे रहिंदे ने जिंदगी दा। आई नो तुसी लाइव ऑडियंस नूं बहुत सारे गाने सुनाए ने बार बार कई इंटरव्यूज च भी गाए ने लेकिन अगर दो लाइनां साडे लई भी हो जांदा है अगर बिल्कुल जी बिल्कुल मैं मेरा वीर एक गाना आया सी रोमांटिक ही सीगा वो भी ओ दिल तेरे नाम लाया तैनू अपना बनाया कदी पुछ साडे कोलों असी किन्ना तैनू चाया हुण छड के ना चला जावी दूर तू छड के ना चला जावी दूर तू मैं कहां हाथ जोड़ सजना साडा तेरे तो बगैर ना कोई होर सजना दिल तेरे नाम लाया तैनू अपना बनाया। क्या बात है बहुत ही सोहनी तुहाडी आवाज़ है बहुत ही सोहनी बहुत ही प्यारी जिहड़ी गायकी है सानूं लगातार इन्ने सालों तो तुहाडे वल्लों सुनन मिल रही है एंड तुसीं एंटरटेन कर रहे हो थैंक यू सो मच फॉर दैट एंड कॉन्ग्रेचुलेशन फॉर दिस न्यू शो वी होप कि इस दे नाल ही पब्लिक नूं ऑडियंस नूं होर भी तुहाडी जिंदगी बारे सुनन। बहुत बहुत शुक्रिया जी पंजाबी हो जिथे वसदे हो तरक्कियां करो मौजां माणो साडा अपना ही चैनल है इह सांझा ते सो बहुत बहुत धन्यवाद बहुत बहुत शुक्रिया सर थैंक यू सो मच। सो इसी साडे नाल गुरकृपाल सूर्यापुरिया जी जो कि इत्थे पहुँचे हुए ने चंडीगढ़ विखे स्टार लाइव पॉडकास्ट लॉन्चिंग इवेंट से इत्थे इन्होंने सानू गाने भी सुनाए ने ते नाल ही अपने एक्सपीरियंसिस भी सांझे किए ने ते इन्हां दी जर्नी तुसीं जल्द ही लाइव पॉडकास्ट से भी सुन सकोगे बट टिल देन स्टे ट्यून्ड विद सांझा टीवी। ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਸਾਂਝਾ ਟੀਵੀ ਮੈਂ ਪੂਨਮ ਚੌਧਰੀ ਅਤੇ ਹੁਣ ਤੁਹਾਡੀ ਮੈਂ ਮੁਲਾਕਾਤ ਕਰਵਾਉਣੀ ਆ ਰੇਸ਼ਮ ਸਿੰਘ ਅਨਮੋਲ ਦੇ ਨਾਲ ਵੇਲੇ ਇਹਨਾਂ ਦੇ ਬਾਰੇ ਕੋਈ ਲੰਬੀ ਚੌੜ ਇੰਟਰੋਡਕਸ਼ਨ ਦੀ ਲੋੜ ਨਹੀਂ ਕਿਉਂਕਿ ਤੁਹਾਡੇ ਗਾਣੇ ਚਾਹੇ ਘੱਟ ਆਉਂਦੇ ਨੇ ਲੇਕਿਨ ਐਸੇ ਆਉਂਦੇ ਨੇ ਕਿ ਪਬਲਿਕ ਦੇ ਦਿਲ 'ਤੇ ਛਾ ਜਾਂਦੇ ਨੇ। ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਰ। ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਵੈਰੀ ਮੱਚ। ਸੋ ਰੇਸ਼ਮ ਜੀ ਅੱਜ ਇੱਥੇ ਪਹੁੰਚੇ ਹੋਏ ਹੋ ਪਹਿਲਾਂ ਤਾਂ ਇੱਥੇ ਜਿਹੜੇ ਪਹੁੰਚੇ ਹੋਏ ਤੁਸੀਂ ਸਾਡੀ ਪਬਲਿਕ ਨੂੰ ਦੱਸ ਦਿਓ ਕਿ ਅੱਜ ਜੇ ਡਬਲਯੂ ਮੈਰਿਟ ਇੱਥੇ ਚੰਡੀਗੜ੍ਹ ਆਉਣ ਦਾ ਮਕਸਦ ਕੀ? ਸਾਡਾ ਮਕਸਦ ਹੈਗਾ ਪੰਜਾਬੀ ਸਟਾਰ ਲਾਈਵ ਜਿਹੜੀ ਕਿ ਇਵੈਂਟ ਕੰਪਨੀ ਹੈ ਮੇਰੇ ਦੋਸਤ ਨੇ ਹੈਰੀ ਮੋਹਨ ਜੀ USA ਤੋਂ ਐਂਡ ਗੈਰੀ ਸ਼ਰਮਾ ਮੋਹਾਲੀ ਤੋਂ ਪਹਿਲੇ ਮੈਂ ਵੀ ਇਹਨਾਂ ਦੇ ਅੰਡਰ ਆਸਟ੍ਰੇਲੀਆ ਅਤੇ ਅਮੈਰੀਕਾ ਸ਼ੋਅ ਲਾ ਕੇ ਆਇਆ ਆਪਣੇ ਨੈਸ਼ਨਲੀ ਵੀ ਇਹ ਬਹੁਤ ਹੀ ਅੱਛੀ ਮੈਗਾ ਇਵੈਂਟ ਕੰਪਨੀ ਹੈ ਅਤੇ ਮੇਰੀ ਉਦੋਂ ਸਲਾਹ ਬਣੀ ਸੀਗੀ ਅਮੈਰੀਕਾ ਦੇ ਵਿੱਚ MTV ਅਤੇ ਗੈਰੀ ਐਡਮ ਕਰਕੇ ਇੱਕ ਹੋਸਟ ਹੈ ਉਹਦਾ ਇੱਕ ਸ਼ੋਅ ਬੜਾ ਹਿੱਟ ਹੈ ਉੱਥੇ ਉਹਨੂੰ ਆਪਾਂ ਪੋਡ ਸ਼ਬਦ ਹੈਗਾ ਆਈਪੋਡ ਦਾ ਅਤੇ ਬ੍ਰੌਡਕਾਸਟ ਦਾ ਕਾਸਟ ਹੈ ਪੋਡਕਾਸਟ ਇਹਨੂੰ ਲੈ ਕੇ ਬਣਿਆ ਅਤੇ ਇੱਕ ਲਾਈਵ ਸਟ੍ਰੀਮਿੰਗ ਦੀ ਸਾਡੀ ਪਲਾਨਿੰਗ ਬਣੀ ਉਹ ਵੈਸੇ ਰਿਕਾਰਡਿਡ ਚੱਲਦਾ ਉੱਥੇ ਸਾਡੀ ਪਲਾਨਿੰਗ ਬਣੀ ਕਿ ਪੰਜਾਬ ਦੇ ਵਿੱਚ ਇੱਦਾਂ ਦਾ ਸ਼ੋਅ ਲੈ ਕੇ ਆਈਏ ਤਾਂ ਹੈਰੀ ਵੀਰੇ ਨੇ ਪਲਾਨ ਕੀਤਾ ਹੁਣ ਸਾਡੀ ਪੰਜਾਬੀ ਮਿਊਜ਼ਿਕ ਇੰਡਸਟਰੀ ਜਿੱਦਾਂ ਗਰੋ ਕਰ ਰਹੀ ਹੈ ਵਰਲਡ ਵਾਈਡ ਕਿ ਆਪਾਂ ਇੱਕ ਆਰਟਿਸਟ ਦੀ ਜਿਹੜੀ ਇੰਟਰਵਿਊ ਹੁੰਦੀ ਆ ਉੱਥੋਂ ਸ਼ੁਰੂ ਕਰਾਂਗੇ ਅਤੇ ਜਿਹੜੇ ਇੰਟਰਵਿਊਅਰ ਨੇ ਉਹ ਮੋਰ ਦੈਨ 2, 3, or 4 ਮਿਨੀਮਮ 3-4 ਹੋਣਗੇ ਅਤੇ ਅਲੱਗ ਅਲੱਗ ਸਟ੍ਰੀਮ ਤੋਂ ਹੋਣਗੇ ਜਿਹੜੇ ਕਿ ਸੂਝਵਾਨ ਨੇ ਜਿਹੜੇ ਅੱਛੇ ਸ਼ਾਇਰ ਵੀ ਨੇ ਮਿਊਜ਼ਿਕ ਦੀ ਜਿਨ੍ਹਾਂ ਨੂੰ ਨੌਲੇਜ ਹੈ ਅਤੇ ਸੀਨੀਅਰ 3-4 ਜਦੋਂ ਪੱਤਰਕਾਰ ਲਾ ਲਓ ਹੈ ਨਾ ਐਂਕਰ ਲਾ ਲਓ ਇੱਕ ਆਰਟਿਸਟ ਨਾਲ ਕੈਜੂਅਲ ਗੱਲਾਂ ਕਰਨਗੇ ਆਈ ਥਿੰਕ ਇੱਕ ਉਹਦੀ ਲਾਈਫ ਦੇ ਵੱਖਰੇ ਪੱਖ ਹੈ ਉਹ ਨਿਕਲ ਕੇ ਸਾਹਮਣੇ ਆਉਣਗੇ ਅਤੇ ਉਹਦੀ ਜਿਹੜੀ ਡਿਜੀਟਲ ਪਲੇਟਫਾਰਮ ਨੇ ਉੱਥੇ ਲਾਈਵ ਸਟ੍ਰੀਮਿੰਗ ਹੋਏਗੀ ਉਹ FM 'ਤੇ ਵੀ ਜਾਊਗਾ ਉਹ ਤੁਸੀਂ ਯੂਟਿਊਬ 'ਤੇ ਵੀ ਗੂਗਲ ਪਲੇ ਸਪੋਟੀਫਾਈ ਜਾਂ ਹੋਰ ਜਿੰਨੇ ਵੀ ਪਲੇਟਫਾਰਮ ਹੈਗੇ ਆ ਸਾਰਿਆਂ 'ਤੇ ਲਾਈਵ ਜਾਊਗੀ।
ਤੁਹਾਨੂੰ ਕੀ ਲੱਗਦਾ ਹੈ ਕਿ ਵੈਸੇ ਤਾਂ ਬਾਲੀਵੁੱਡ ਇੰਡਸਟਰੀ ਦੀ ਅਗਰ ਅਸੀਂ ਗੱਲ ਕਰੀਏ, ਕਿਉਂਕਿ ਅਸੀਂ ਡੇਲੀ ਇੰਟਰਵਿਊਜ਼ ਕਰਦੇ ਤਾਂ ਸਾਨੂੰ ਇਹ ਚੀਜ਼ ਪਤਾ ਹੈ ਕਿ ਆਰਟਿਸਟ ਜ਼ਿਆਦਾਤਰ ਹੁਣ ਤੁਹਾਡੇ ਵਰਗੇ ਜਿਹੜੇ ਆਰਟਿਸਟ ਨੇ ਖੁੱਲ੍ਹ ਕੇ ਬੋਲਦੇ ਨੇ, ਲੇਕਿਨ ਬਹੁਤ ਸਾਰੇ ਐਸੇ ਆਰਟਿਸਟ ਨੇ ਜੋ ਬੋਲਣਾ ਹੀ ਨਹੀਂ ਚਾਹੁੰਦੇ, ਕੰਟਰੋਵਰਸੀ ਤੋਂ ਡਰਦੇ ਨੇ ਕਿ ਮੈਂ ਇਹ ਬੋਲੂੰਗਾ ਤਾਂ ਕੰਟਰੋਵਰਸੀ, ਜੋ ਬੋਲੂੰਗਾ ਤਾਂ ਕੰਟਰੋਵਰਸੀ ਹੋ ਜਾਏਗੀ, ਮੇਰੀ ਪੁਰਾਣੀ ਲਾਈਫ ਵਾਲੇ ਗੱਲਾਂ ਨਿਕਲ ਜੂਗੀਆਂ। ਅਤੇ ਤੁਹਾਨੂੰ ਕੀ ਲੱਗਦਾ ਕਿ ਇਸ ਲਾਈਵ ਪੋਡਕਾਸਟ ਦੇ ਵਿੱਚ ਜਦੋਂ ਸਾਹਮਣੇ 4 ਤੋਂ 5 ਐਂਕਰ ਬੈਠੇ ਹੋਣੇ, ਉਸ ਟਾਈਮ ਆਰਟਿਸਟ ਕਿੰਨਾ ਕੁ ਸੱਚਾ ਹੋਏਗਾ ਅਤੇ ਕਿੰਨਾ ਉਹਨਾਂ ਦੀ ਗੱਲਾਂ ਟਰੂ ਹੋਣਗੀਆਂ? ਵੈਸੇ ਸਾਡਾ ਜਿਹੜਾ ਇਹਦਾ ਮਕਸਦ ਹੈਗਾ ਪੰਜਾਬੀ 뮤직 ਇੰਡਸਟਰੀ ਨੂੰ, ਪੰਜਾਬੀ ਮਾਂ ਬੋਲੀ ਨੂੰ, ਪੰਜਾਬੀ ਕਲਾਕਾਰਾਂ ਨੂੰ ਪ੍ਰਮੋਸ਼ਨ ਦੇਣ ਦੇ ਲਈ ਬਣਾਇਆ ਆਪਾਂ ਨੇ, ਅਤੇ ਉਹਦੇ ਤੋਂ ਪਰਸਨਲ ਕੁਐਸਚਨ ਆਪਾਂ ਨਹੀਂ ਕਰਾਂਗੇ, ਪਰ ਫਿਰ ਵੀ ਕੁਛ ਇੱਕ ਨਵੇਂ ਤਰੀਕੇ ਦਾ ਐਂਟਰਟੇਨਮੈਂਟ ਤੁਹਾਨੂੰ ਦੇਖਣ ਨੂੰ ਮਿਲੇਗਾ, ਕਿਉਂਕਿ ਜਿਹੜਾ ਸਿਆਣਾ ਹੋਸਟ ਹੈ ਸਾਡਾ, ਜਿਹੜਾ ਪੈਨਲ ਹੈ, ਆਪਾਂ ਕੋਸ਼ਿਸ਼ ਕਰਾਂਗੇ ਇੱਕ ਵਧੀਆ ਜਿਹੜੇ ਸੂਝਵਾਨ ਨੇ ਉਹਨਾਂ ਨੂੰ ਲਿਆ ਜਾਏਗਾ। ਪਰਸਨਲ ਅਟੈਕ ਕਿਸੇ 'ਤੇ ਨਹੀਂ ਆਪਾਂ ਨੇ ਕਰਨਾ, ਪਰ ਕੁਛ ਅਲੱਗ ਗੱਲਾਂ ਜਿੱਦਾਂ ਕੌਫੀ ਵਿਦ ਕਰਨ ਤੁਸੀਂ ਦੇਖਦੇ ਹੋ, ਅਤੇ ਇੱਦਾਂ ਦਾ ਕੁਛ ਅਲੱਗ ਮਜ਼ਾ ਆਉਣ ਵਾਲਾ ਸਾਰਿਆਂ ਨੂੰ। ਕੌਫੀ ਵਿਦ ਕਰਨ ਦੀ ਗੱਲ ਕੀਤੀ ਹੈ ਅਤੇ ਤੁਸੀਂ ਹਾਲ ਹੀ 'ਚ ਇੱਕ ਸਟਰਗਲ ਦਾ ਮੇਮ ਬੜਾ ਵਾਇਰਲ ਹੋਇਆ ਕੌਫੀ ਵਿਦ ਕਰਨ 'ਤੇ, ਅਤੇ ਤੁਸੀਂ ਵੀ ਕੋਈ ਐਸੀ ਸਟਰਗਲ ਜੋ ਤੁਹਾਨੂੰ ਯਾਦ ਹੋਈ ਕਿ ਬਹੁਤ ਛੋਟੀ ਜਿਹੀ, ਮਤਲਬ ਕੋਈ, ਮੈਂ ਬਹੁਤ ਵੱਡੀ ਸਟਰਗਲ ਨਹੀਂ ਪੁੱਛੀ, ਕਿਸੇ ਚੀਜ਼ ਨੂੰ ਲੈ ਕੇ ਤੁਸੀਂ ਨੋਰਮਲੀ ਕੋਈ ਸਟਰਗਲ ਜੀ ਕੀਤੀ ਹੋ ਕਿਸੇ ਡੇ 'ਤੇ ਜਾਂ ਕਿਸੇ ਚੀਜ਼ ਨੂੰ ਲੈ ਕੇ? ਸਟਰਗਲ ਤਾਂ ਸਾਡੀ ਲਾਈਫ 'ਚ ਚੱਲਦਾ ਹੀ ਰਹਿੰਦਾ ਹੈ, ਕਈ ਵਾਰੀ ਇੱਦਾਂ ਹੀ ਹੁੰਦਾ ਹੈ ਕਿ ਆਪਾਂ ਨੇ ਸ਼ੋਅ 'ਤੇ ਜਾਣਾ ਜਾਂ ਤਾਂ ਟ੍ਰੈਫਿਕ ਦੇ ਵਿੱਚ ਫਸ ਗਏ, ਉੱਧਰੋਂ ਆਪਾਂ ਨੇ ਮਾਲਕਾਂ ਨਾਲ ਸਾਡੀ ਕਮਿਟਮੈਂਟ ਆ ਵੀ 9 ਵਜੇ ਸਟੇਜ 'ਤੇ ਆਉਣਾ ਹੈ ਨਾ, ਉਦੋਂ ਆਪਾਂ ਮਜਬੂਰ ਹੁੰਦੇ ਹਾਂ, ਕਈ ਵਾਰੀ ਨਹੀਂ ਪਹੁੰਚ ਪਾ ਰਹੇ ਉੱਥੇ ਹੀ। ਫਿਰ ਮੈਂ ਕੀ, ਹੁਣੇ ਲੇਟੈਸਟ ਸਾਡਾ ਇੱਕ ਸ਼ੋਅ ਸੀਗਾ ਪਾਤੜਾਂ ਦੇ ਵਿੱਚ, ਪੰਜਾਬ ਦੇ ਵਿੱਚ, ਉੱਥੇ ਮੈਂ ਟ੍ਰੈਫਿਕ ਜੈਮ 'ਚ ਫਸ ਗਿਆ, ਕੋਈ ਐਕਸੀਡੈਂਟ ਹੋਇਆ ਸੀ। ਅੱਛਾ, ਬਰਾਤ ਆ ਗਈ ਹੈ, ਜੋੜੀ ਸਟੇਜ 'ਤੇ ਬਹਿ ਗਈ ਹੈ, ਉਹ ਵੇਟ ਕਰ ਰਿਹਾ। ਫਿਰ ਮੈਂ ਕੀ ਕੀਤਾ, ਮੈਂ ਲਾਈਵ ਹੋ ਗਿਆ ਉੱਥੋਂ ਹੀ ਆਪਣੇ ਸੋਸ਼ਲ ਮੀਡੀਆ ਤੋਂ ਕਿ ਮੈਂ ਬਿਲਕੁਲ ਕਲੋਜ਼ ਹੀ ਹਾਂ, ਪਰ ਇੱਥੇ ਫਸੇ ਹੋਏ ਹਾਂ, ਮੈਂ ਹੈਲਪਲੈਸ ਹਾਂ, ਤਾਂ ਇੱਦਾਂ ਹੋ ਜਾਂਦਾ ਕਈ ਵਾਰੀ। ਨੋਟ ਸਟਰਗਲ ਕਲੋਲ ਹੋ ਗਈ ਹੈ ਤੁਹਾਡੇ ਨਾਲ? ਮੈਂ ਉਹਨਾਂ ਨੂੰ ਜੇ ਮੈਂ ਕਹਿੰਦਾ ਮੈਂ ਟ੍ਰੈਫਿਕ 'ਚ ਫਸੇ ਹੋਇਆ, ਹੋ ਸਕਦਾ ਮੈਂ ਝੂਠ ਬੋਲ ਰਿਹਾ ਹੈ ਨਾ, ਅਤੇ ਮੈਂ ਉੱਥੋਂ ਲਾਈਵ ਹੋ ਗਿਆ ਕਿ ਇੱਦਾਂ ਇੱਦਾਂ ਮੇਰਾ ਸ਼ੋਅ ਹੈ ਜੀ, ਮੈਂ ਉੱਥੇ ਪਹੁੰਚਣਾ ਹੈ ਔਰ ਇੱਥੇ ਫਸੇ ਹੋਏ ਹਾਂ, ਵੀ ਸਾਡੀ ਮਜਬੂਰੀ ਹੈ, ਇਹ ਵੀ ਇੱਕ ਸਟਰਗਲ ਹੈ ਇੱਕ ਤਰ੍ਹਾਂ। ਛੋਟੀਆਂ ਮੋਟੀਆਂ ਕੋਲੋਂ ਤਾਂ ਜ਼ਿੰਦਗੀ 'ਚ ਚੱਲਦੀਆਂ ਰਹਿੰਦੀਆਂ ਨੇ, ਜ਼ਿੰਦਗੀ ਥੋੜ੍ਹੀ ਫਰੈਸ਼ ਤਾਜ਼ੀ ਲੱਗਦੀ ਹੈ ਸਾਨੂੰ। ਕੰਟਰੋਵਰਸੀ ਦੀ ਗੱਲ ਕਰ ਰਹੇ ਸੀ, ਮੈਂ ਕਿਸੇ ਵੀ ਟੋਪਿਕ 'ਤੇ, ਚਾਹੇ ਉਹ ਗਾਇਕੀ ਹੈ, ਰਾਜਨੀਤੀ ਹੈ, ਧਰਮ ਹੈ, ਪੋਲੀਟਿਕਸ ਹੈ, ਜਾਂ ਕੋਈ ਮੁੱਦੇ ਚੱਲ ਰਿਹਾ ਸਮਾਜ ਦੇ ਵਿੱਚ, ਮੈਂ ਕਦੇ ਨਹੀਂ, ਮੈਨੂੰ ਤੁਸੀਂ ਕੁਝ ਵੀ ਪੁੱਛ ਸਕਦੇ ਹੋ ਕਿਸੇ ਵੀ ਟੋਪਿਕ 'ਤੇ। ਤੁਸੀਂ ਬਹੁਤ ਹੀ ਓਪਨ ਅਪ ਹੋ, ਹਮੇਸ਼ਾ ਹੀ ਗੱਲਾਂ ਜਿਹੜੀ ਖੁੱਲ੍ਹ ਕੇ ਕਰਦੇ ਹੋ, ਤੁਹਾਡੇ ਪਿਛਲੀ ਇੰਟਰਵਿਊਜ਼ 'ਤੇ ਵੀ ਬਹੁਤ ਵਧੀਆ ਵਿਊਜ਼ ਆਏ, ਸਭ ਨੇ ਕਿਹਾ ਕਿ ਹਾਂ ਰੇਸ਼ਮ ਐਸਾ ਬੰਦਾ ਵਾ ਜਿਹੜੀ ਹਰ ਗੱਲ ਨੂੰ ਖੁੱਲ੍ਹ ਕੇ ਕਰਦਾ ਵਾ, ਸੱਚੀਆਂ ਗੱਲਾਂ ਕਰਦਾ ਵੇ। ਅਤੇ ਹੁਣ ਤੁਹਾਡਾ ਜਿਹੜਾ ਐਪੀਸੋਡ ਹੈ ਉਹ ਸਾਨੂੰ ਇਸ ਦੇ ਵਿੱਚ ਵੇਖਣ ਨੂੰ ਮਿਲੇਗਾ, ਅਤੇ ਕਦ ਤੱਕ ਵੇਖਣ ਨੂੰ ਮਿਲੇਗਾ? ਬਿਲਕੁਲ, ਹੈਰੀ ਵੀਰਾ ਮੈਨੂੰ ਕਹਿ ਰਿਹਾ ਸੀਗਾ ਤੂੰ ਹੋਸਟ ਦੇ ਵਿੱਚ ਹੋਏਗਾ, ਸ਼ਾਇਦ ਮੈਨੂੰ ਜਾਣਾ ਵੀ ਪਵੇ ਉਸ ਪੈਨਲ ਦੇ ਵਿੱਚ, ਜੇ ਬਾਈ ਦਾ ਹੁਕਮ ਹੋਇਆ ਤਾਂ ਸ਼ਾਇਦ ਮੈਂ ਵੀ ਪੈਨਲ ਦੇ ਵਿੱਚ ਹੋਊਂਗਾ, ਔਰ ਤੁਹਾਨੂੰ ਘੈਂਟ ਗੱਲਾਂ ਸੁਣਨ ਨੂੰ ਮਿਲਣਗੀਆਂ। ਵੀ ਆਰ ਵੇਟਿੰਗ ਫੋਰ ਯਰ ਘੈਂਟ ਗੱਲਾਂ, ਨਹੀਂ ਤਾਂ ਤੁਸੀਂ ਸਾਡੇ ਨਾਲ ਪਰਸਨਲ ਇੰਟਰਵਿਊ ਅਸੀਂ ਤੁਹਾਨੂੰ ਜਲਦੀ ਇਨਵਾਈਟ ਕਰਨ ਵਾਲੇ ਹੋ, ਜ਼ਰੂਰ ਕਰਨਾ। ਸੋ ਥੈਂਕ ਯੂ ਸੋ ਮਚ ਫੋਰ ਇੰਟਰੈਕਟਿੰਗ ਵਿਦ ਅਸ ਐਂਡ ਥੈਂਕ ਯੂ ਸੋ ਮਚ ਫੋਰ। ਥੈਂਕ ਯੂ, ਥੈਂਕਸ ਅ ਲੋਟ। ਥੈਂਕ ਯੂ। ਸੋ ਇਹ ਸੀ ਸਾਡੇ ਨਾਲ ਰੇਸ਼ਮ ਸਿੰਘ ਅਨਮੋਲ ਜੀ, ਜੋ ਕਿ ਅੱਜ ਇੱਥੇ ਪਹੁੰਚੇ ਹੋਏ ਨੇ ਸਟਾਰ ਲਾਈਵ ਪੋਡਕਾਸਟ 'ਤੇ। ਜਲਦ ਹੀ ਤੁਸੀਂ ਇਹਨਾਂ ਦਾ ਇੱਕ ਐਪੀਸੋਡ ਜਿਹੜਾ ਉਹ ਦੇਖੋਗੇ ਸਟਾਰ ਲਾਈਵ ਪੋਡਕਾਸਟ 'ਤੇ, ਅਤੇ ਇਸ ਦੇ ਨਾਲ ਹੀ ਟਿਲ ਦਨ ਸਟੇ ਟਿਊਨਡ ਵਿਦ ਸਾਂਝਾ ਟੀਵੀ।